ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਆਂ ਦਰਸ਼ਕਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਅਮਰੀਕਾ ਵਾਲੇ ਕੈਨੇਡਾ ਆ ਸਕਦੇ ਨੇ ਤੇ ਹੋਰ ਲੋਕਾਂ ਦੇ ਯਾਨੀ ਕੁਮਾਂਤਰੀ ਯਾਤਰੀ ਜਿਹੜੇ ਨੇ ਉਹਨਾਂ ਦੇ ਲਈ ਵੀ ਜਿਹੜੀ ਹੈ ਈਜ਼ ਦਿੱਤੀ ਗਈ ਹੈ ਉਹ ਵੀ ਕੈਨੇਡਾ ਦੇ ਵਿੱਚ ਹੁਣ ਆ ਸਕਦੇ ਨੇ ਕੀ ਕੀ ਉਹਦੇ ਲਈ ਤੁਹਾਨੂੰ ਚੀਜ਼ਾਂ ਦਾ ਧਿਆਨ ਰੱਖਣਾ ਪਏਗਾ ਦੇਖਾਂਗੇ ਹਾਲ ਦੀ ਘੜੀ ਸ਼ੁਰੂਆਤ ਕਰ ਲੈਂਦੇ ਆਂ ਹੈਡਲਾਈਨਸ ਦੇ ਨਾਲ ਪੂਲੀ ਵੈਕਸੀਨੇਟਿਡ ਅਮਰੀਕਾ ਵਾਲੇ 9 ਅਗਸਤ ਤੋਂ ਆ ਸਕਦੇ ਨੇ ਕੈਨੇਡਾ ਦੇ ਵਿੱਚ 7 ਸਤੰਬਰ ਨੂੰ ਕੁਮਾਂਤਰੀ ਯਾਤਰੀ ਵੀ ਆ ਸਕਦੇ ਨੇ ਕੈਨੇਡਾ ਦੇ ਵਿੱਚ ਐਂਡਰ ਡੈਲਟਾ ਵੇਰੀਐਂਟ ਦੇ ਡਰ ਕਾਰਨ ਕੈਨੇਡਾ ਨੇ ਭਾਰਤੋਂ 21 ਅਗਸਤ ਤੱਕ ਉੜਾਣਾਂ ਉੱਤੇ ਪਾਬੰਦੀ ਜੜੀ ਹੈ। ਵਧਾਈ 22 April ਨੂੰ ਦੇਸ਼ ਦੇ ਵਿੱਚ ਵੇਰੀਐਂਟ ਫੈਲਣ ਤੋਂ ਬਾਅਦ ਲਗਾਈ ਗਈ ਸੀ ਪਾਬੰਦੀ। ਦਰਹਾ ਮਰੂਜ਼ਲ ਪੁਲਿਸ ਦੇ ਬਲੋਂ ਛਾਪਾ ਮਾਰ ਕੇ ਵਿਟਪੀ ਦੇ ਵਿੱਚ ਚੱਲ ਰਹੀ ਪਾਰਟੀ ਕਰਵਾਈ ਗਈ ਖਤਮ। 100 ਲੋਕਾਂ ਦੀ ਮਨਜ਼ੂਰੀ ਪਰ 2000 ਤੋਂ ਵੱਧ ਲੋਕ ਪਾਰਟੀ 'ਚ ਹੋਏ ਸੀ ਸ਼ਾਮਿਲ। ਖਬਰਾਂ ਵਿਸਥਾਰ ਦੇ ਨਾਲ वैक्सीनेशन प्रक्रिया ਦੀ ਰਫ਼ਤਾਰ ਤੇਜ਼ ਹੋਈ ਤਾਂ ਕੈਨੇਡਾ ਨੇ ਅਮਰੀਕਾ ਤੇ ਬਾਕੀ ਕੋ ਮੰਤਰੀ ਯਾਤਰੀਆਂ ਦੇ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਨੇ ਸਤੰਬਰ ਤੋਂ ਯਾਨੀ 7 ਸਤੰਬਰ ਤੋਂ ਦੁਨੀਆ ਦੇ ਬਾਕੀ ਥਾਵਾਂ ਤੋਂ ਲੋਕ ਆ ਸਕਦੇ ਨੇ 9 ਅਗਸਤ ਤੋਂ ਅਮਰੀਕਾ ਵਾਲੇ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ ਯਾਨੀ ਸਾਰਿਆਂ ਦਾ ਸਵਾਗਤ ਕਰਨ ਦੇ ਲਈ ਕੈਨੇਡਾ ਸਰਕਾਰ ਤਿਆਰ ਹੈ ਪਰ ਤੇ ਹੋਣਗੀਆਂ ਕੁਝ ਸ਼ਰਤਾਂ ਉਹਨਾਂ ਸ਼ਰਤਾਂ ਦੇ ਵਿੱਚ ਫੁੱਲੀ ਵੈਕਸੀਨੇਸ਼ਨ ਤੁਹਾਡਾ ਹੋਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਖਿਆਲ ਰੱਖਣਾ ਪਏਗਾ ਦੇਖਦੇ ਹਾਂ ਇੱਕ ब्रेकिंग न्यूज। ਸੋਸ਼ੀਕਾਲ ਜੀ ਅੱਜ ਵਾਲੀ ਦੀ ਵੱਡੀ ਖਬਰ ਹੈ ਜਿਹੜੇ ਲੋਗ ਇੰਤਜ਼ਾਰ ਕਰ ਰਹੇ ਸੀ ਕਿ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਬਾਰਡਰ ਨੇ ਕਦੋਂ ਖੁੱਲਣਗੇ ਸਪੈਸ਼ਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕੈਨੇਡਾ ਦੇ ਵਿੱਚ ਯਾਤਰੀ ਜਿਹੜੇ ਨੇ ਉਹ ਕਦੋਂ ਆ ਸਕਦੇ ਨੇ ਉਹਨਾਂ ਲਈ ਚੰਗੀ ਖਬਰ ਹੈ ਮੰਨੀ ਜਾ ਰਹੀ ਹੈ ਕਿ 9 ਅਗਸਤ ਤੋਂ ਜਿਹੜੇ ਅਮਰੀਕੀ ਨਾਗਰਿਕ ਨੇ ਉਹ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ ਜੀ ਹਾਂ ਬਿਨਾ ਕਵਾਰੰਟਾਈਨ ਦੇ ਦਾਖਲ ਹੋ ਸਕਦੇ ਨੇ ਪਰ ਸ਼ਰਤ ਇਹ ਹੈ ਕਿ ਵੈਕਸੀਨੇਸ਼ਨ ਜਿਹੜੀ ਆ ਉਹਨਾਂ ਦੀ ਕੰਪਲੀਟ ਹੋਣੀ ਚਾਹੀਦੀ ਹੈ ਔਰ ਜਿਹੜੀ ਹੈਲਥ ਕੈਨੇਡਾ ਦੇ ਵੱਲੋਂ ਅਪਰੂਵਡ ਅਪਰੂਵਡ ਵੈਕਸੀਨ ਜ ਤੋ ਜਿਹੜੀ ਰਾਹਤ ਮਿਲ ਸਕਦੀ ਹੈ ਹਾਲਾਂਕਿ ਗੈਰ ਜ਼ਰੂਰੀ ਜਿਹੜੀ ਜਿਹੜੇ ਯਾਤਰਾ ਲਈ ਆ ਰਹੇ ਨੇ ਉਹਨਾਂ ਵਾਸਤੇ ਕੋਈ ਅਨਾਉਂਸਮੈਂਟ ਅੱਦ ਦੀ ਨਹੀਂ ਹੋਈ ਹਜੇ ਕੋਈ ਇਲਾਨ ਨਹੀਂ ਹੋਇਆ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਕੈਨੇਡਾ ਦੇ ਵਿੱਚ ਆ ਸਕਦੇ ਨੇ ਉਹਨਾਂ ਨੂੰ ਕਵਾਰੰਟਾਈਨ ਤੋਂ ਰਾਹਤ ਮਿਲੀ ਹੈ ਔਰ ਸਪੈਸ਼ਲੀ ਜਿਹੜੇ ਕੈਨੇਡੀਅਨ ਨੇ ਕੈਨੇਡੀਅਨ ਜਿਹੜੇ ਨੇ ਉਹ ਗੈਰ ਜ਼ਰੂਰੀ ਯਾਤਰਾ ਦੇ ਲਈ ਦੇਸ਼ ਦੇ ਵਿੱਚ ਦਾਖਲ ਹੋ ਸਕਦੇ ਨੇ ਇਸ ਤੋਂ ਇਲਾਵਾ ਬਾਕੀ ਨਾਗਰਿਕਾਂ ਦੇ ਲਈ ਵੀ ਜਿਹੜੀ ਹੈ ਉਹ ਚੰਗੀ ਖਬਰ ਇਹ ਮੰਨੀ ਜਾ ਰਹੀ ਹੈ ਕਿ 7 ਸਤੰਬਰ ਉਹ ਜਿਹੜੇ ਇੰਟਰਨੈਸ਼ਨਲ ਯਾਤਰੀ ਨੇ ਉਹ ਵੀ ਕੈਨੇਡਾ ਦੇ ਵਿੱਚ ਦਾਖਲ ਹੋ ਸਕ ਉਲੀ ਵੈਕਸੀਨੇਸ਼ਨ ਜਿਹੜੀ ਉਹਨਾਂ ਦੀ ਹੋਣੀ ਵੀ ਜ਼ਰੂਰੀ ਹੈ ਤੇ ਅਰਾਈਵ ਕੈਨ ਜਿਹੜੀ ਐਪ ਹੈ ਉਹਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਆਪਣੀ ਜਾਣਕਾਰੀ ਜਿਹੜੀ ਹੈ ਵੈਕਸੀਨੇਸ਼ਨ ਕੰਪਲੀਟ ਦੀ ਉਹ ਜਾਣਕਾਰੀ ਅਰਾਈਵ ਕੈਨ ਐਪ ਦੇ ਉੱਤੇ ਜਾਰੀ ਕਰਨੀ ਪਵੇਗੀ ਫਿਰ ਉਸ ਤੋਂ ਬਾਅਦ ਹੀ ਤੁਹਾਨੂੰ ਅਪਰੂਵਲ ਮਿਲੇਗਾ ਕਿ ਤੁਸੀਂ ਯਾਤਰਾ ਕਰ ਸਕਦੇ ਹੋ ਜਾਂ ਨਹੀਂ ਔਰ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਹੋ ਜਾਂ ਨਹੀਂ ਸਵੈਸਵਾਲੀ ਦੀ ਵੱਡੀ ਖਬਰ ਮੰਨਨੇ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਇੰਤਜ਼ਾਰ ਕਰ ਰਹੇ ਸੀ ਔਰ ਇਹ ਵੀ ਦੱਸਦੀ ਹੈ ਕਿ 21 ਜੁਲਾਈ ਹੈ 21 ਜੁਲਾਈ ਨੂੰ ਕੈਨੇਡਾ ਅਮਰੀਕਾ ਬਾਰਡਰ ਦੀ ਜਿਹੜੀ ਸਰਹੱਦ ਹੈ ਉਹਦੀ ਮਿਆਦ ਖਤਮ ਹੋਣ ਜਾ ਰ ਦੀ ਗਈ ਹੈ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ 9 ਅਗਸਤ ਤੱਕ ਜਿਹੜੀ ਇਹ ਮਿਆਦ ਬੰਦ ਰੱਖੀ ਗਈ ਸੀ 21 ਜੁਲਾਈ ਤੱਕ ਉਦਾਂ ਹੀ ਰਹੇਗੀ ਜਦੋਂ ਤੱਕ ਨਵੇਂ ਨਿਯਮ 9 ਅਗਸਤ ਨੂੰ ਲਾਗੂ ਨਹੀਂ ਹੋ ਜਾਂਦੇ ਸੋ ਇਹ ਇਦਾਂ ਹੀ ਰਹੇਗੀ ਸੋ ਇਹ ਗੱਲ ਕਹੀ ਜਾ ਰਹੀ ਹੈ ਹੁਣ ਜਿਹੜੇ ਜਿਹੜੇ ਯਾਤਰੀ ਇਸ ਲਈ ਯੋਗ ਮੰਨੇ ਜਾ ਰਹੇ ਨੇ ਉਹ ਅਰਾਈਵ ਕੈਨ ਐਪ ਦੇ ਉੱਤੇ ਆਪਣੀ ਇਨਫੋਰਮੇਸ਼ਨ ਜਮ੍ਹਾਂ ਕਰ ਸਕਦੇ ਨੇ ਤੇ 7 ਸਤੰਬਰ ਸੋ ਜਿਹੜੇ ਅਮਰੀਕਾ ਵਾਲੇ ਨੇ ਉਹ ਕੈਨੇਡਾ ਚ ਦਾਖਲ ਹੋ ਸਕਦੇ ਨੇ ਤੇ ਜਿਹੜੇ ਬਾਕੀ ਇੰਟਰਨੈਸ਼ਨਲ ਯਾਤਰੀ ਨੇ ਜਿਹੜੇ ਕੈਨੇਡਾ ਆਉਣਾ ਚਾਹੁੰਦੇ ਨੇ ਉਹ 9 ਅਗਸਤ ਤੋਂ ਐਂਟਰੀ ਕਰ ਸਕਦੇ ਨੇ ਪਰ ਇਹ ਜ਼ਰੂਰ ਜਿਹੜੀ ਵੈਕਸੀਨ ਹੈਲਥ ਕੈਨੇਡਾ ਦੇ ਵੱਲੋਂ ਮਾਨਤਾ ਪ੍ਰਾਪਤ ਹੈ ਕਿ ਉਹੀ ਵੈਕਸੀਨ ਤੁਹਾਡੇ ਲਗਾਈ ਗਈ ਹੈ ਉਹਦੀ ਇਨਫੋਰਮੇਸ਼ਨ ਤੁਹਾਨੂੰ ਅਰਾਈਵ ਕੈਨ ਐਪ ਦੇ ਉੱਤੇ ਦੇਣੀ ਪਵੇਗੀ ਤਾਂ ਹੀ ਤੁਸੀਂ ਐਲੀਜੀਬਲ ਹੋ ਸਕਦੇ ਹੋ ਕੈਨੇਡਾ ਦੇ ਵਿੱਚ ਦਾਖਲ ਹੋਣ ਦੇ ਲਈ ਸੋ ਕੈਨੇਡਾ ਦੇ ਜਿਹੜੇ ਪੰਜ ਕਹੇ ਜਾ ਰਹੇ ਨੇ ਹਵਾਈ ਅੱਡੇ ਉਹ ਇਸ ਵੇਲੇ ਇੰਟਰਨੈਸ਼ਨਲ ਯਾਤਰੀਆਂ ਦਾ ਵੀ ਵੈਲਕਮ ਕਰਨ ਦੇ ਲਈ ਤਿਆਰ ਖੜੇ ਹੋਏ ਨੇ ਸੋ ਜਿਹੜੇ ਯਾਤਰੀ ਇਸ ਸੰਬੰਧੀ ਇਨਫੋਰਮੇਸ਼ਨ ਚਾਹੁੰਦੇ ਨੇ ਚੈਨਲ ਪੰਜਾਬੀ ਦੇ ਨਾਲ ਜੁੜੇ ਜਾਣਾ ਜੁੜੇ ਰਹਿਣਾ ਔਰ ਲਗਾਤਾਰ ਅਸੀਂ ਇਸ ਸੰਬੰਧੀ ਥਰਨਲ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰਦੇ ਰਵਾਂਗੇ ਪਰ ਫਿਲਹਾਲ ਇਹ ਵੱ ਇਨ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਸੋ ਟ੍ਰਾਂਟੋ, ਮੌਂਟਰੀਅਲ, ਕੈਲਗਰੀ ਤੇ ਵੈਂਕੂਵਰ ਤੋਂ ਇਲਾਵਾ ਪੰਜ ਹੋਰ 에어ਪੋਰਟ ਜਿਨ੍ਹਾਂ ਦੇ ਵਿੱਚ ਕਿਊਬੇਕ, ਆਟਵਾ, ਮੈਕਡੋਨਲ ਅਤੇ ਵਿਨੀਪੈਗ, ਐਡਮਿੰਟਨ 에어ਪੋਰਟ ਯਾਤਰੀਆਂ ਦਾ ਸਵਾਗਤ ਕਰਨ ਦੇ ਲਈ ਤਿਆਰ ਨੇ ਪੀ ਐਚ ਸੀ ਦੇ ਮੁਤਾਬਕ ਇਹ ਹਵਾਈ ਅਡੇ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਤੇ ਟ੍ਰਾਂਸਪੋਰਟ ਕੈਨੇਡਾ ਦੇ ਸਹਿਯੋਗ ਦੇ ਨਾਲ 9 ਅਗਸਤ ਤੋਂ ਬਾਅਦ ਜਿੰਨੀ ਜਲਦੀ ਸੰਭਵ ਹੋ ਸਕੇ ਕੁਮਾਂਤਰੀ ਯਾਤਰੀਆਂ ਦੇ ਸਵਾਗਤ ਲਈ ਲੋੜੀਂਦੇ ਉਪਾਅ ਮਨੂ ਲਾਗੂ ਕਰਨ ਦੇ ਲਈ ਕੰਮ ਕਰ ਰਹੀ ਹੈ ਇਹਨਾਂ ਸ਼ਰਤਾਂ ਦੇ ਮੁਤਾਬਕ ਸੋ ਫੈਡਸ ਨੇ ਕਿਹਾ ਪਰੀ ਅਰਾਈਵਲ ਟੈਸਟਿੰਗ ਅਜੇ ਵੀ ਜਿਹੜੀ ਹੈ ਸ਼ਾਮਿਲ ਹੈ ਪਰ 9 ਅਗਸਤ ਤੱਕ ਪਰ ਇਸ ਤੋਂ ਇਲਾਵਾ ਪੂਰੀ ਤਰ੍ਹਾਂ ਟੀਕੇ ਲਗਵਾਉਣ ਵਾਲੇ ਯਾਤਰੀਆਂ ਦੇ ਲਈ ਆਉਣ ਤੋਂ ਬਾਅਦ ਦੇ ਲਾਜ਼ਮੀ ਟੈਸਟਿੰਗ ਨੂੰ ਜਿਹੜਾ ਹੈ ਉਹ ਬੇਤਰਤੀਬੇ ਟੈਸਟਿੰਗ ਪ੍ਰਕਿਰਿਆ ਦੇ ਹੱਕ ਦੇ ਵਿੱਚ ਖਤਮ ਕੀਤਾ ਜਾਏਗਾ ਮੌਜੂਦਾ ਕੈਨੇਡਾ ਅਮਰੀਕਾ ਦੀਆਂ ਸਰਹੱਦੀ ਪਾਬੰਦੀਆਂ ਤਬਦੀਲੀ ਨਾ ਹੋਣ ਤੱਕ ਯਾਨੀ 9 ਅਗਸਤ ਤੱਕ ਜਿਹੜਾ ਉਹ ਲਾਗੂ ਰਹਿਣਗੀਆਂ ਕੈਨੇਡਾ ਦੀ ਸਿਹਤ ਮੰਤਰੀ ਨੇ ਕਿਹਾ ਹੈ ਕਿ ਕੈਨੇਡੀਅਨ ਦੀ ਸੁਰੱਖਿਆ ਤਰਜੀਹ ਹੈ ਕੈਨੇਡਾ ਦੇ ਵਿੱਚ ਟੀਕਾ ਕਰਨ ਦੀ ਵਧ ਰਹੀ ਦਰ ਦੇ ਨਾਲ ਤੇ ਘੱਟ ਮਾਮਲੇ ਸਾਹਮਣੇ ਆਉਣ ਦੇ ਨਾਲ ਸਰਹੱਦੀ ਉਪਾ ਸੁਰੱਖਿਆ ਢਾਂਗ ਨਾਲ ਖੋਲੇ ਜਾ ਰਹੇ ਨੇ ਮੁਰ ਖੋਲਣ ਦੀ ਹੌਲੀ ਹੌਲੀ ਪਹੁੰਚ ਸਾਡੇ ਸਿਹਤ ਅਧਿਕਾਰੀਆਂ ਨੂੰ ਇਥੋਂ ਦੇ ਵਿਦੇਸ਼ਾਂ ਦੇ ਵਿੱਚ ਕੋਵਿਡ-19 ਸਥਿਤੀ ਦੀ ਨਿਗਰਾਨੀ ਕਰਨ ਦੀ ਜਿਹੜੀ ਹੈ ਉਹ ਇਜਾਜ਼ਤ ਦੇਵੇਗੀ 9 ਅਗਸਤ ਤੋਂ 12 ਸਾਲ ਦੇ ਤੇ ਇਸ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੇ ਜੋ ਪੂਰੀ ਤਰ੍ਹਾਂ ਟੀਕਾਕਰਨ ਜਿਨ੍ਹਾਂ ਦੇ ਮਾਪਿਆਂ ਦਾ ਹੋ ਚੁੱਕਾ ਹੈ ਉਹ ਸੰਯੁਕਤ ਰਾਜ ਤੋਂ ਯਾਤਰਾ ਦੇ ਕਾਰੇ ਨੇ ਤਾਂ ਦੋ ਹਫਤਿਆਂ ਜਾਂ 14 ਦਿਨ ਦੇ ਲਈ ਆਈਸੋਲੇਸ਼ਨ ਖਤਮ ਹੋਣ ਦੀ ਉਹਨਾਂ ਦੀ ਜਿਹੜੀ ਲੋੜ ਹੋਵੇਗੀ ਆਈਸੋਲੇਸ਼ਨ ਉਹਨਾਂ ਨੂੰ ਨਹੀਂ ਕਰਨੀ ਪਵੇਗੀ ਹਾਲਾਂਕਿ ਉਹਨਾਂ ਨੂੰ ਸਿਹਤ ਦੇ ਨਾਲ ਜੁੜੀਆਂ ਹੋਰ ਪਾਬੰਦੀਆਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ ਜਿਵੇਂ ਕਿ ਲੋਕਾਂ ਦੇ ਵੱਡੇ ਸਮੂਹ ਜਿਹੜੇ ਨੇ ਉੱਥੇ ਜਾਣ ਤੋਂ ਉਹਨਾਂ ਨੂੰ ਪਰਹੇਜ਼ ਕਰਨਾ ਹੋਵੇਗਾ ਜਿਹੜਾ ਵੀ ਕੋਈ ਵਿਅਕਤੀ ਟੀਕਾਕਰਨ ਸੰਬੰਧੀ ਗਲਤ ਜਾਣਕਾਰੀ ਦੇਵੇਗਾ ਉਸਨੂੰ 750000 ਡਾਲਰ ਦਾ ਜੁਰਮਾਨਾ ਭੁਗਤਣਾ ਪੈ ਸਕਦਾ ਹੈ ਜਾਂ ਅਪਰਾਧੀ ਕੋਡ ਦੇ ਤਹਿਤ ਮੁਕੱਦਮਾ ਉਸਤੇ ਚਲਾਇਆ ਜਾ ਸਕਦਾ ਹੈ ਜੇ ਦੱਸਦੇ ਕਿ ਡੈਲਟਾ ਵੈਰੀਐਂਟ ਦੇ ਡਰ ਦੇ ਕਾਰਨ ਕੈਨੇਡਾ ਨੇ ਭਾਰਤ ਤੋਂ 21 ਅਗਸਤ ਤੱਕ ਉਡਾਣਾਂ ਦੇ ਉੱਤੇ ਜਿਹੜੀ ਪਾਬੰਦੀ ਆ ਉਹ ਵਧਾ ਦਿੱਤੀ ਗਈ ਹੈ। ਟ੍ਰਾਂਸਪੋਰਟ ਮੰਤਰੀ ਉਮਰ ਅਲਗਾਬਰਾ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਕੈਨੇਡਾ ਭਾਰਤ ਤੋਂ ਆਉਣ ਵਾਲੀਆਂ ਯਾਤਰੀਆਂ ਦੀਆਂ ਉਡਾਣਾਂ ਦੇ ਉੱਤੇ 1 ਮਹੀਨੇ ਦੇ ਲਈ ਪਾਬੰਦੀ ਜਿਹੜੀ ਉਹ ਵਧਾ ਰਿਹਾ ਹੈ। ਇਹ ਪਾਬੰਦੀ 22 ਅਪ੍ਰੈਲ ਨੂੰ ਦੇਸ਼ ਦੇ ਵਿੱਚ ਕੋਵਿਡ-19 ਡੈਲਟਾ ਵੈਰੀਐਂਟ ਦੇ ਫੈਲਣ ਕਰਨ ਲਗਾਈ ਗਈ ਸੀ। ਹੁਣ 1 1 ਅਗਸਤ ਨੂੰ ਇਹ ਖਤਮ ਹੋਣ ਵਾਲੀ ਹੈ। ਉਹਨਾਂ ਕਹਿ ਕੇ ਜਦੋਂ ਅਸੀਂ ਅੱਗੇ ਵਧ ਰਹੇ ਹਾਂ ਤਾਂ ਭਾਰਤ ਦੇ ਵਿੱਚ ਹਾਲੇ ਵੀ ਹਾਲਾਤ ਜਿਹੜੇ ਨੇ ਗੰਭੀਰ ਨਜ਼ਰ ਆ ਰਹੇ ਨੇ। ਇਹ ਫੈਸ ਡੈਲਟਾ ਵੈਰੀਐਂਟ ਦੀ ਵਧ ਰਹੇ ਪ੍ਰਭਾਵ ਤੋਂ ਬਚਾਇਆ ਜਾਏਗਾ ਜੋ ਕਿ ਭਾਰਤ ਦੇ ਵਿੱਚ ਪ੍ਰਚਲਿਤ ਹੈ ਟ੍ਰਾਂਸਪੋਰਟ ਕੈਨੇਡਾ ਨੇ ਕਿਸੇ ਹੋਰ ਦੇਸ਼ ਰਾਹੀਂ ਭਾਰਤ ਤੋਂ ਕੈਨੇਡਾ ਦੀ ਯਾਤਰਾ ਜ਼ਰੂਰਤ ਨੂੰ ਵੀ ਵਧਾ ਦਿੱਤਾ ਹੈ ਕੋਈ ਵੀ ਯਾਤਰੀ ਜੋ ਇਸ ਢੰਗ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਆਪਣੀ ਕੈਨੇਡਾ ਦੀ ਯਾਤਰਾ ਜਾਰੀ ਰੱਖਣ ਤੋਂ ਪਹਿਲਾਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਤੋਂ ਕੋਵਿਡ-19 ਟੈਸਟ ਦੇਣਾ ਲਾਜ਼ਮੀ ਹੋਵੇਗਾ ਸੋਮਵਾਰ ਨੂੰ ਭਾਰਤ ਦੇ ਵਿੱਚ ਜਿਹੜੇ ਨੇ 38169ਵੇਂ ਕੋਵਿਡ-19 ਕੇਸ ਦਰਜ ਕੀਤੇ ਗਏ ਨੇ ਤੇ 499 ਮੌਤਾਂ ਇਸ ਵਿੱਚ ਦਰਜ ਕੀਤੀਆਂ ਗਈਆਂ ਨੇ ਜੋ ਕਿ ਮਹੀਨਾ ਦੇ ਵਿੱਚ ਸપ્ਤਾ ਕੱਟਨੇ ਉਸ ਤੋਂ ਇਲਾਵਾ ਜੌன்ஸ் ਹੌਪਿੰਗਸ ਦੀ ਰਿਪੋਰਟ ਅਨੁਸਾਰ ਅੱਜ ਤੱਕ ਭਾਰਤ ਦੇ ਵਿੱਚ ਕੋਵਿਡ-19 ਦੇ 31144 ਅਤੇ 229 ਜਿਹੜੇ ਮਾਮਲੇ ਉਹ ਦੇਖੇ ਗਏ ਨੇ ਤੇ 414108 ਮੌਤਾਂ ਜਿਹੜੀਆਂ ਨੇ ਉਹ ਦਰਜ ਕੀਤੀਆਂ ਗਈਆਂ ਉਧਰ ਕੈਨੇਡਾ ਦੇ ਵਿੱਚ ਵੈਕਸੀਨ ਦੀ ਵੰਡ ਦੀ ਨਿਗਰਾਨੀ ਕਰਦੇ ਅਧਿਕਾਰੀਆਂ ਦੇ ਮੁਤਾਬਕ 2 ਮਿਲੀਅਨ ਦੇ ਕਰੀਬ ਹੋਰ ਖੁਰਾਕਾਂ ਜਿਹੜੀਆਂ ਨੇ ਰੋਕ ਕੇ ਰੱਖਿਆ ਗਿਆ ਨੇ ਕਿਉਂਕਿ ਸੂਬਿਆਂ ਦਾ ਕਹਿਣਾ ਹੈ ਕਿ ਅਜੇ ਉਹ ਇੰਨੀਆਂ ਖੁਰਾਕਾਂ ਦਾ ਇਸਤੇਮਾਲ ਨਹੀਂ ਕਰ ਸਕਦੇ ਕੈਨੇਡਾ ਦੇ ਕੋਲ ਜਿਹੜੀਆਂ ਨੇ 66 ਮਿਲੀਅਨ ਖੁਰਾਕਾਂ ਹੋ ਜਾਣਗੀਆਂ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਸਾਰੇ ਯੋਗ ਵਿਅਕਤੀਆਂ ਨੂੰ ਵੈਕਸੀਨੇਟ ਕਰਨ ਦੇ ਲਈ ਕਾਫੀ ਹੋਣਗੀਆਂ ਹਾਲਾਂਕਿ WHO ਨੇ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਅਜੇ ਯਾਦ ਰੱਖੇ ਕਿ ਕੋਵਿਡ-19 ਦਾ ਅਤੇ ਹੋਰ ਵੈਰੀਐਂਟ ਜਿਹੜੇ ਨੇ ਉਹ ਖਤਮ ਨਹੀਂ ਹੋਏ ਫੈਡਰਲ ਸਰਕਾਰ ਇਸ ਹਫਤੇ ਕੋਵਿਡ-19 ਟੀਕਿਆਂ ਦੀ ਲਗਭਗ 7.1 ਮਿਲੀਅਨ ਖੁਰਾਕਾ ਪ੍ਰਾਪਤ ਕਰਨ ਦੀ ਉਮੀਦ ਕਰ ਰਹੀ ਹੈ ਕੈਨੇਡਾ ਦੇ ਵਿੱਚ ਵੈਕਸੀਨ ਵੰਡ ਦੇ ਕੰਮ ਦੀ ਨਿਗਰਾਨੀ ਕਰਦੇ ਅਧਿਕਾਰੀਆਂ ਦੇ ਮੁਤਾਬਕ ਇਸ ਸਮੇਂ ਉਹਨਾਂ ਨੇ 2 ਮਿਲੀਅਨ ਦੇ ਕਰੀਬ ਖੁਰਾਕਾਂ ਰੋਕ ਕੇ ਰੱਖੀਆਂ ਨੇ ਕਿਉਂਕਿ ਸੂਬਿਆਂ ਦਾ ਕਹਿਣਾ ਹੈ ਕਿ ਹਾਲੇ ਉਹ ਇੰਨੀਆਂ ਖੁਰਾਕਾਂ ਇਸਤੇਮਾਲ ਨਹੀਂ ਕਰ ਸਕਦੇ ਬ੍ਰਿਗੇਡੀਅਰ ਜਰਨਲ ਕ੍ਰਿਸਟਾ ਬ੍ਰੌਡੀ ਦਾ ਕਹਿਣਾ ਸੀ ਕਿ ਆਉਣ ਵਾਲੇ ਹਫਤਿਆਂ ਵਿੱਚ ਕੈਨੇਡਾ ਦੇ ਕੋਲ ਕੁੱਲ 68 ਮਿਲੀਅਨ ਖੁਰਾਕਾਂ ਹੋ ਜਾਣਗੀਆਂ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਸਾਰੇ ਯੋਗ ਵਿਅਕਤੀਆਂ ਨੂੰ ਵੈਕਸੀਨੇਟ ਕਰਨ ਲਈ ਕਾਫੀ ਹੋਣ ਟੀਕਿਆਂ ਦੀ ਵੰਡ ਦੀ ਨਿਗਰਾਨੀ ਕਰ ਰਹੇ ਨੇ ਉਹਨਾਂ ਕਿਹਾ ਹੈ ਕਿ ਕੈਨੇਡਾ ਇੱਕ ਹੋਰ ਮਹੱਤਵਪੂਰਨ ਪਹੁੰਚ ਵੱਲ ਵਧ ਰਿਹਾ ਹੈ ਕਿਉਂਕਿ ਖੁਰਾਕਾਂ ਦੀ ਸਪਲਾਈ ਮੰਗ ਨਾਲੋਂ ਕਿਤੇ ਜ਼ਿਆਦਾ ਵਧ ਰਹੀ ਹੈ ਟੀਕੇ ਦੀਆਂ 20 ਲੱਖ ਤੋਂ ਵੱਧ ਖੁਰਾਕਾਂ ਪਹਿਲਾਂ ਹੀ ਵਾਪਸ ਰੱਖੀਆਂ ਜਾ ਰਹੀਆਂ ਨੇ ਕਿਉਂਕਿ ਸੂਬਿਆਂ ਨੇ ਕਿਹਾ ਹੈ ਕਿ ਉਹ ਇਹਨਾਂ ਦੀ ਵਰਤੋਂ ਨਹੀਂ ਕਰ ਸਕਦੀਆਂ ਬ੍ਰੌਡੀ ਨੇ ਕਿਹਾ ਹੈ ਕਿ ਇਹ ਯਕੀਨੀ ਬਣਾਉਣ ਲਈ ਅਸੀਂ ਵਧੇਰੇ ਸੰਕੇਤਕ ਪਹੁੰਚ ਅਪਣਾ ਰਹੇ ਹਾਂ ਕਿ ਟੀਕਿਆਂ ਨੂੰ ਇਸ ਢੰਗ ਦੇ ਨਾਲ ਅੱਗੇ ਵਧਾਇਆ ਜਾਵੇ ਤਾਂ ਜੋ ਕੈਨੇਡਾ ਦੀਆਂ ਸੈਨ ਵਾਲੀਆਂ ਘਰੇਲੂ ਲੋੜਾਂ ਦਾ ਸਭ ਤੋਂ ਉੱਤਮ ਸਮਰਥਨ ਕਰਨ ਦੇ ਨਾਲ-ਨਾਲ ਵਿਸ਼ਵਵਿਆਪੀ ਟੀਕਾ ਕਰਨ ਦੀ ਯ ਬੋਲ ਬਣਾਉਂਦਾ ਹੈ ਕੈਨੇਡਾ ਦੇ ਟੀਕਾਕਰਨ ਦੀ ਦਰ ਵਿਸ਼ਵ ਭਰ ਵਿੱਚ ਸਭ ਤੋਂ ਉੱਚੀ ਹੈ ਪਰ ਕਈ ਲੋਕ ਨੂੰ ਅਜੇ ਵੀ ਦੂਜੀ ਖੁਰਾਕ ਅਧੀ ਹਾਲੇ ਸ਼ੁੱਕਰਵਾਰ ਤੱਕ ਲਗਭਗ 79% ਦੇ ਯੋ ਕੈਨੇਡੀਅਨਾਂ ਨੂੰ ਇੱਕ ਖੁਰਾਕ ਮਿਲੀ ਸੀ ਤੇ 50% ਤੋਂ ਵੱਧ ਪੂਰੀ ਤਰ੍ਹਾਂ ਟੀਕਾ ਲਗਵਾ ਚੁੱਕੇ ਨੇ ਕੈਨੇਡਾ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਆਕਸਫੋਰਡ ਐਸਟਰਾਜੇਨੇਕਾ ਟੀਕੇ ਦੇ ਬਾਕੀ ਬਚੇ 1.7 ਮਿਲੀਅਨ ਖੁਰਾਕਾਂ ਨੂੰ ਕੋਵੈਕਸ ਗੱਠਜੋੜ ਨੂੰ ਦਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ ਉਹਨਾਂ ਖੁਰਾਕਾਂ ਨੂੰ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਭੇਜਿਆ ਜਾਏਗਾ ਜੋ ਕਿ ਹੁਣ ਕੈਨੇਡਾ ਦੇ ਟੀਕਾਕਰਨ ਦੇ ਪੱਧਰ ਦੇ ਨੇੜੇ ਨਹੀਂ ਹੈ africa ਦੇ ਵਿੱਚ ਲਗਭਗ 3% ਦੀ ਆਬਾਦੀ ਨੂੰ ਹੁਣ ਘੱਟੋ-ਘੱਟ ਇੱਕ ਖੁਰਾਕ ਮਿਲੀ ਹੈ ਤੇ 1.4% ਦੀ ਪੂਰੀ ਤਰ੍ਹਾਂ ਟੀਕਾ ਲਗ वर्ल्ड हेल्थ ऑर्गेनाइजेशन ਦੇ ਡਾਇਰੈਕਟਰ ਨੇ ਕੈਨੇਡਾ ਵਰਗੇ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਿੱਥੇ ਟੀਕੇ ਜ਼ਿਆਦਾ ਹੁੰਦੇ ਨੇ ਉੱਥੇ ਕੇਸਾਂ ਦਾ ਭਾਰ ਕੰਟਰੋਲ ਅਧੀਨ ਹੁੰਦਾ ਹੈ ਪਰ ਯਾਦ ਰੱਖਣਾ ਹੋਵੇਗਾ ਕਿ ਮਹਾਮਾਰੀ ਅਜੇ ਖਤਮ ਨਹੀਂ ਹੋਈ ਵੀਰਵਾਰ ਨੂੰ WHO ਨੇ ਕਿਹਾ ਹੈ ਕਿ ਪਿਛਲੇ ਹਫਤੇ ਅਫਰੀਕਾ ਦੇ ਵਿੱਚ ਕੋਵਿਡ-19 ਮੌਤਾਂ ਦੀ ਗਿਣਤੀ 43% ਤੱਕ ਪਹੁੰਚ ਗਈ ਹੈ ਕਈ ਸੂਬਿਆਂ ਨੇ ਵੀਰਵਾਰ ਨੂੰ ਸੰਕੇਤ ਦਿੱਤਾ ਹੈ ਕਿ ਉਹਨਾਂ ਨੂੰ ਆਕਸਫੋਰਡ ਐਸਟਰਾਜੇਨਾ ਦੇ ਟੀਕੇ ਦੀ ਕੁਝ ਖੁਰਾਕਾਂ ਨੂੰ ਖਤਮ ਕਰਨਾ ਪਿਆ ਸੀ ਜਿਸ ਦੀ ਵਰਤੋਂ ਕਰਨ ਤੋਂ ਪਹਿਲਾਂ 1 ਜੁਲਾਈ ਨੂੰ ਸਮਾਂ ਖਤਮ ਹੋ ਚੁੱਕਿਆ ਸੀ ਹੈਲਥ ਕੈਨੇਡਾ ਨੇ ਪਹਿਲਾਂ ਹੀ ਉਹਨਾਂ ਖੁਰਾਕਾ ਦੀ ਮਿਆਦ ਖਤਮ ਹੋਣ ਦੀ ਤਾਰੀਖ 1 ਮਹੀਨੇ ਵਿੱਚ ਵਧਾ ਦਿੱਤੀ ਹੈ న్యూਸ 10 ਚੈਨਲ ਪੰਜਾਬੀ ਦੀ ਰਿਪੋਰਟ ਇੱਕ ਪਾਸੇ ਜਿੱਥੇ ਬਹੁਤ ਸ ਜ਼ਿਆਦਾ ਈਜ਼ ਦਿੱਤੀ ਜਾ ਰਹੀ ਹੈ ਪਾਬੰਦੀਆਂ ਦੇ ਵਿੱਚ ਢਿੱਲ ਮਿਲ ਰਹੀ ਹੈ ਯਾਤਰਾ ਖੁੱਲ ਰਹੀ ਹੈ ਦੂਜੇ ਪਾਸੇ ਲੋਕ ਅਜੇ ਵੀ ਜਿਹੜੇ ਨੇ ਕਈ ਨਿਯਮਾਂ ਦੀ ਅਨਗੈਲੀ ਕਰਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ ਐਤਵਾਰ ਰਾਤ ਨੂੰ ਦਰਹਮ ਰੀਜਨਲ ਪੁਲਿਸ ਦੇ ਵੱਲੋਂ ਛਾਪਾ ਮਾਰ ਕੇ ਵਿਡਬੀ ਦੇ ਵਿੱਚ ਚੱਲ ਰਹੀ ਪਾਰਟੀ ਜਿਹੜੀ ਆ ਰੁਕਵਾਈ ਗਈ ਇਸ ਪਾਰਟੀ ਦੇ ਵਿੱਚ 2000 ਤੋਂ ਵੱਧ ਲੋਕ ਸ਼ਾਮਿਲ ਸਨ ਇਹ ਪਾਰਟੀ ਬਰੋਲੇ ਤੇ ਕਲੰਬਸ ਰੋਡਸ ਦੇ ਦਰਮਿਆਨ ਐਸਬਨ ਰੋਡ ਉੱਤੇ ਸਥਿਤ 15 ਏਕੜ ਦੇ ਇੱਕ ਘਰ ਦੇ ਵਿੱਚ ਹੋ ਰਹੀ ਸੀ ਕਾਰਜਕਾਰੀ ਸਰਜੈਂਟ ਜੋਰਜ ਟੋਡਮ ਨੇ ਦੱਸਿਆ ਕਿ ਸਾਨੂੰ ਇਸ ਪਾਰਟੀ ਬਾਰੇ ਜਾਣਕਾਰੀ ਮਿਲੀ ਤੇ ਸਾਡੇ ਅਧਿਕਾਰੀਆਂ ਦੀ ਸ਼ਾਂਤੀ ਜਿਹੜੀ ਆ ਉਹ ਬਹਾਲ ਰੱਖਣ ਦੇ ਜਿਹੜੇ ਅਮਨ ਕਾਨੂੰਨ ਬਣਾਈ ਰੱਖਣ ਦੇ ਲਈ ਚੁੱਪਚਾਪ ਇਸ ਪਾਰਟੀ ਦੇ ਵਿੱਚ ਅਸੀਂ ਸ਼ਾਮਿਲ ਹੋ ਗਏ ਉਹਨਾਂ ਦੱਸਿਆ ਕਿ ਪਾਰਟੀ ਦੇ ਵਿੱਚ ਇੰਨੇ ਲੋਕ ਸ਼ਾਮਿਲ ਸਨ ਕਿ ਪੁਲਿਸ ਵਾਲਿਆਂ ਦੀ ਗਿਣਤੀ ਘੱਟ ਪੈ ਗਈ ਪਾਰਟੀ ਵਾਲੇ ਇਲਾਕੇ ਦੇ ਵਿੱਚ ਵੱਡੀ ਗਿਣਤੀ ਵਿੱਚ ਗੱਡੀਆਂ ਮੌਜੂਦ ਸਨ ਲੋਕਾਂ ਨੂੰ ਹੋਰਨਾਂ ਥਾਵਾਂ ਤੋਂ ਵੀ ਇੱਥੇ ਪਾਰਟੀ ਦੇ ਕਰਨ ਦੇ ਲਈ ਜਿਹੜਾ ਲਿਆਂਦਾ ਗਿਆ ਸੀ ਪੁਲਿਸ ਨੇ ਦੱਸਿਆ ਕਿ ਹੌਲੀ-ਹੌਲੀ ਭੀੜ ਨੂੰ ਖੰਡਾਉਣ ਦੇ ਵਿੱਚ ਪੁਲਿਸ ਨੂੰ ਕਾਮਯਾਬੀਤਾ ਮਿਲੀ ਤੇ ਮਹਿਮਾਨਾਂ ਨੇ ਵੀ ਪੁਲਿਸ ਨੂੰ ਸਹਿਯੋਗ ਦਿੱਤਾ ਪੁਲਿਸ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਚਲਾਉਣ ਵਾਲੇ ਇੱਕ ਵਿਅਕਤੀ ਦੇ ਸਬੰਧ ਦੇ ਵਿੱਚ ਸ਼ਿਕਾਇਤ ਮਿਲੀ ਸੀ ਤੇ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ 온ਟਾਰੀਓ ਦੇ ਰੀਓਪਨਿੰਗ ਪਲਾਨ ਦੇ ਤਹਿਤ ਤੀਜੇ ਪੜਾ ਤੋਂ ਬਾਅਦ ਆਊਟਡੋਰ ਇਕੱਠ ਦੀ ਜਿਹੜੀ ਇਜਾਜ਼ਤ ਦਿੱਤੀ ਗਈ ਹੈ ਉਸ ਵਿੱਚ 100 ਲੋਕ ਸ਼ਾਮਿਲ ਹੋ ਸਕਦੇ ਨੇ ਇਸ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਅਜੇ ਤੱਕ ਕਿਸੇ ਦੇ ਖਿਲਾਫ ਕੋਈ ਚਾਰਜ ਨਹੀਂ ਫਿਲਹਾਲ ਲਗਾਏ ਗਏ ਨੇ ਪਰ 100 ਲੋਕਾਂ ਦੀ ਮਨਜ਼ੂਰੀ ਹੈ ਤੇ 2000 ਲੋਕਾਂ ਦਾ ਪਹੁੰਚਣਾ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਅਣਗਹਿਲੀ ਵਰਤਣਾ ਹੈ ਫਾਦਰਸਟਾਨ ਸੁਆਮੀ ਦੀ ਹਿਰਾਸਤ ਦੇ ਵਿੱਚੋਂ ਮੌਤ ਤੋਂ ਕੈਨੇਡਾ ਦੇ ਵਿੱਚ ਹੋਏ ਵਿਦਵਾਨਾਂ ਦੇ ਨਜ਼ਰਬੰਦੀ ਦੇ ਵਿਰੋਧ ਰੋਸ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਜੇਲ੍ਹ ਦੇ ਵਿੱਚ ਬੰਦ ਭਾਰਤੀ ਵਿਦਵਾਨ ਆਨੰਦ ਤੈਲ ਤੂੰਬੜੇ ਦੇ ਜਨਮ ਦਿਨ ਦੇ ਉੱਤੇ ਸਰੀ ਦੇ ਵਿੱਚ ਸਖਤ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ 71 ਸਾਲਾ ਤੈਨ ਤੂੰਬੜੇ ਜਿਨ੍ਹਾਂ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਵਿਦਵਾਨਾਂ ਦੇ ਵਿੱਚੋਂ ਇੱਕ ਨੇ ਜੋ ਸਤਾਏ ਹੋਏ ਭਾਈ ਚਾਰਿਆਂ ਦੇ ਅਧਿਕਾਰੀਆਂ ਦੀ ਵਕਾਲਤ ਕਰਨ ਭਾਰਤੀ ਜੇਲ੍ਹਾਂ ਦੇ ਵਿੱਚ ਬੰਦ ਰਹੇ ਰੈਡੀਕਲ ਦੇਸੀ ਦੇ ਸੱਦੇ ਦੇ ਉੱਤੇ ਕਈ ਕਾਰਗੋਨਿਸ ਮੌਕੇ ਸ਼ਾਮਿਲ ਹੋਏ ਤੇ ਤੈਲ ਤੂੰਬੜੇ ਤੇ ਹੋਰ ਕਈ ਪੋਲਿਟਿਕਲ ਕੈਦੀਆਂ ਦੀ ਰਿਹਾਈ ਦੀ ਉਹਨਾਂ ਮੰਗ ਕੀਤੀ ਇਸ ਮੌਕੇ ਕਾਲੇ ਕਾਨੂੰਨਾਂ ਤੇ ਸਿਆਸੀ ਕੈਦੀਆਂ ਦੀ ਰਿਹਾਈ ਦਾ ਨਾਅਰਾ ਦਿੱਤਾ ਗਿਆ ਰੈਲੀ ਦੇ ਸ਼ੁਰੂਆਤ ਦੇ ਵਿੱਚ ਸਵਾਮੀ ਦੇ ਲਈ 1 ਮਿੰਟ ਦਾ ਮੋਨ ਵੀ ਧਾਰਿਆ ਗਿਆ ਤੇ ਨਾਲ ਹੀ ਮੂਲ ਵਾਸੀ ਬੱਚਿਆਂ ਨੂੰ ਯਾਦ ਕੀਤਾ ਗਿਆ ਜੀ ਸਿਆਸੀ ਕੈਦੀਆਂ ਦੀ ਰਿਹਾਈ ਲਈ ਅਸੀਂ ਹਾਜ਼ਰ ਨਾਅਰਾ ਮਾਰਾਂਗੇ ਨਾਲ ਦੀ ਨਾਲ ਸਾਨੂੰ ਇਸ ਗੱਲ ਤੇ ਬਹੁਤ ਤਿੱਖਾ ਇਤਰਾਜ਼ ਹੈ ਕਿ ਜੀਐਨ ਸਾਹਿਬਾਬਾ ਦਿੱਲੀ ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰ ਨੇ ਲੱਕ ਤੋਂ ਹੇਠਾਂ ਅਪਾਹਜ ਨੇ ਉਹਨਾਂ ਨੂੰ ਜੇਲ੍ਹ ਸੌੜਾ ਜਾ ਰਿਹਾ ਹੈ ਪਿੱਛੇ ਜੇ ਪਿਛਲੇ ਸਾਲ ਜਦੋਂ ਉਹਨਾਂ ਦੀ ਮਾਂ ਚਲਵਸੀ ਤਾਂ ਉਹਨਾਂ ਨੂੰ ਆਪਣੀ ਮਾਂ ਦੇ ਅੰਤਿਮ ਕਾਰਜਕਰਮ ਵਿੱਚ ਸ਼ਾਮਲ ਹੋਣ ਲਈ ਜ਼ਮਾਨਤ ਨਹੀਂ ਦਿੱਤੀ ਕੋਰਟ ਨੇ ਪਰ ਉਸੇ ਕੋਰਟ ਨੇ ਇੱਕ ਹਿੰਦੂਤਵੀ ਦਹਿਸ਼ਤਗਰਦ ਜਿਹੜਾ ਦਬੋਲਕਰ ਦੇ ਕਤਲ ਵਿੱਚ ਸ਼ਾਮਲ ਸੀ ਉਸ ਨੂੰ ਆਪਣੇ ਬਾਪ ਦੇ ਅੰਤਿਮ ਕਾਰਜਕਰਮ ਵਿੱਚ ਸ਼ਾਮਲ ਹੋਣ ਲਈ ਜ਼ਮਾਨਤ ਦੇ ਦਿੱਤੀ ਹੈ ਜਿਸ ਨੇ ਸਾਬਤ ਕਰ ਦਿੱਤਾ ਕਿ ਭਾਰਤ ਦੀਆਂ ਅਦਾਲਤਾਂ ਵੀ ਕੋਈ ਨਿਰਪੱਖ ਨਹੀਂ ਆਜ਼ਾਦ ਨਹੀਂ ਬਿਲਕੁਲ ਉਹਨਾਂ ਅਦਾਲਤਾਂ ਨੂੰ ਚਲਾਉਣ ਵਾਲਿਆਂ ਉੱਪਰ ਵੀ ਹਿੰਦੂਤਵਾ ਦੀ ਪਾਣ ਚੜ ਚੁੱਕੀ ਹੈ ਸਿਰਫ ਰਸਮੀ ਐਲਾਨ ਹੋਣਾ ਹੀ ਬਾਕੀ ਹੈ ਸੋ ਇਹ ਕੋਈ ਸਟਾਕ ਲੈ ਕੇ ਅਸੀਂ ਇੱਥੇ ਪਹੁੰਚੇ ਆਂ ਔਰ ਥੋੜੇ ਪਲਾ ਮਾਲ ਅਸੀਂ ਆਪਣੀ ਕਾਰਵਾਈ ਸ਼ੁਰੂ ਕਰਾਂਗੇ। ਇੰਡੀਆ ਜੇਲ੍ਹਾਂ ਚ ਕੈਦੀ ਬੰਦ ਨੇ ਉਹਨਾਂ ਦੀ ਰਿਹਾਈ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਅਸੀਂ ਇਹੀ ਚਾਹੁੰਦੇ ਆਂ ਕਿ ਜਿੰਨੇ ਵੀ ਜਿਨ੍ਹਾਂ ਨਾਲ ਵੀ ਧੱਕਾ ਹੋਇਆ ਹੈ ਇੰਡੀਆ ਵਿੱਚ ਜਿਹੜੇ ਵੀ ਕੈਦੀ ਬੰਦ ਨੇ ਉਹਨਾਂ ਨੂੰ ਸਰਕਾਰਾਂ ਛੱਡਣ ਤੇ ਛੇਤੀ ਤੋਂ ਛੇਤੀ ਛੱਡਣ ਤੇ ਇਹ ਜਿਹੜਾ ਜਿਹੜੇ ਕਰਦੇ ਨੇ ਕਿ ਇੱਕ ਜਣੇ ਲਈ ਕਾਨੂੰਨ ਇੱਕ ਹੈ ਦੂਜੇ ਬੰਦੇ ਲਈ ਕਾਨੂੰਨ To, the endless list of folks that have been murdered by the state. Uh, and really, I mean, you know, as we talked before these things, uh, it really could be any state, right? That, that's the bottom line. That, that, that's the, the length of what's happening these days, the, the, the depth, the breadth of what's happening. But of course, we, we speak of India. I think where my anger lies—that sorry—that we have to stand here, um, and and you know show images of incredible human beings who have been oppressed so very much—is that the oppression does not end with them. I think it's wrong for us that we just—and I'm not saying we do—but but just generally speaking, people tend to think, well, it's just about them. You know, Saivabas not released, but then maybe he will be released. You know, it's all these games. Bottom line is to be brutally honest when i invite people to these events when i say oh you know let's let's help gurpreet singh let's help you know our fellow community members you know raise their voices i get so many no's and i don't blame them because the no is coming out of fear the no is well then what happens to my family at home what you know what what what, do, what happens to my name am i added to a blacklist am i going to be the one to be arrested if, if i dare visit family and it's angering it's terrifying because it shows the length that these policies go to ਜੋਰ ਬੁਲੇਟਿੰਗ ਦੇ ਅਖੀਰ ਦੇ ਵਿੱਚ ਦੇਖ ਦਿਓ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਜੀ ਜਿਹੜੀ ਪਰਿਵਾਰਕ ਹਿੰਸਾ ਆ ਇਹ ਬੜੀ ਧੀਰ ਤੋਂ ਇਹਨੂੰ ਟੈਕਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵੱਖਰੀਆਂ ਵੱਖਰੀਆਂ ਆਰਗੇਨਾਈਜੇਸ਼ਨਾਂ ਨੇ ਵੱਖਰੇ ਵੱਖਰੇ ਢੰਗ ਤਰੀਕੇ ਅਪਣਾਏ ਨੇ ਪਰ ਇਹ ਅਲਾਮਤ ਜਿਹੜੀ ਆ ਲੈ ਨਹੀਂ ਰਹੀ ਹੁਣ ਪੈਂਡੈਮਿਕ ਦਾ ਜਿਹੜਾ ਸਮਾਂ ਬੀਤਿਆ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਇਦਾਂ ਦੇ ਇਸ਼ੂ ਸੀ ਜੀ ਉਹ ਹੋਰ ਉੱਪਰ ਕੇ ਸਾਹਮਣੇ ਆਏ ਆ ਕਿਉਂਕਿ ਘਰਾਂ ਵਿੱਚ ਹੀ ਔਰਤਾਂ ਨੂੰ ਰਹਿਣਾ ਪਿਆ ਸੀਗਾ ਐਡਮਿੰਟਨ ਦੇ ਵਿੱਚ ਇਹ ਖਬਰ ਦਿੱਤੀ ਜਾ ਰਹੀ ਆ ਕਿ ਔਮਨਸ ਸ਼ੈਲਟਰ ਜਿਹੜੇ ਆ ਜੀ ਉਹ ਹੁਣ ਖੁੱਲੇ ਆ ਵੈਸੇ ਖੁੱਲੇ ਤਾਂ ਪਹਿਲਾਂ ਵੀ ਸੀ ਪਰ ਕੋਈ ਵੀ ਵਿਅਕਤੀ ਦੇਖੋ ਘਰਾਂ ਤੋਂ ਬਾਹਰ ਨਹੀਂ ਸੀ ਜਾ ਰਿਹਾ ਇਸ ਕਰਕੇ ਉਹ ਪ੍ਰੋਬਲਮਾਂ ਸੀ ਪਰ ਹੁਣ ਉਹ ਜਿਹੜੇ ਔਮਨਸ ਸ਼ੈਲਟਰ ਆ ਉਹਨਾਂ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਵੀ ਸ਼ੈਲਟਰ ਖੁੱਲੇ ਨੇ ਔਰ ਇੱਕ ਉਹਨਾਂ ਵੱਲੋਂ ਨਵੀਂ ਮਹਿੰਮ ਜਿਹੜੀ ਆ ਉਹ ਚਲਾਈ ਜਾ ਰਹੀ ਆ ਜੀ ਹਾਂ ਪੰਜ ਭਾਸ਼ਾਵਾਂ ਦੇ ਵਿੱਚ ਨਾ ਪਰਿਵਾਰਕ ਹਿੰਸਾ ਦੇ ਖਿਲਾਫ ਇੱਕ ਅਵੇਅਰਨੈਸ ਕੈਂਪੇਨ ਜਿਹੜੀ ਆ ਉਹ ਆਰੰਭੀ ਗਈ ਆ ਔਰ ਉਹ ਪੰਜ ਭਾਸ਼ਾਵਾਂ ਕਿਹੜੀਆਂ ਨੇ ਅੰਗਰੇਜ਼ੀ ਅਰਬਿਕ ਪੰਜਾਬੀ ਟੈਬਲੌਗ ਅਤੇ ਉਰਦੂ ਅਲਬਰਟਾ ਕਾਉਂਸਲ ਆਫ ਵੂਮਨਜ਼ ਸ਼ੈਲਟਰਜ਼ ਵੱਲੋਂ ਇਹ ਮਹਮਾ ਜਿਹੜੀ ਆ ਜਿਹਦਾ ਨਾਂ ਹੈਗਾ ਜੀ ਕਿ ਤੁਸੀਂ ਇਕੱਲੇ ਨਹੀਂ ਹੋ ਇਹ ਰੰਮੀ ਗਈ ਆ ਤਾਂ ਕਿ ਔਰਤਾਂ ਜੋ ਇਸ ਪਰਿਵਾਰਕ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਨੇ ਉਹਨਾਂ ਨੂੰ ਇਸ ਤੋਂ ਛੁਟਕਾਰਾ ਮਿਲ ਸਕੇ ਮਕਸਦ ਹੈ ਕਿ ਜਿਹੜੇ ਨਵੇਂ ਇਮੀਗ੍ਰੈਂਟ ਆਉਂਦੇ ਨੇ ਇਮੀਗ੍ਰੈਂਟ ਪਰਿਵਾਰ ਜਾਂ ਕੋਈ ਰਫਿਊਜੀ ਜਿਹੜੇ ਆਏ ਨੇ ਉਹ ਕਈ ਵਾਰੀ ਮਦਦ ਲੈਣ ਤੋਂ ਝਿਜਕਦੇ ਨੇ ਸੋ ਉਹਨਾਂ ਨੇ ਇਹ ਲੋਕਾਂ ਨੂੰ ਮਦਦ ਲੈਣ ਲਈ ਪ੍ਰੇਰਿਆ ਆ ਕਿ ਇਹ ਮਦਦ ਅਵੇਲੇਬਲ ਆ ਹੁਣ ਇਹਦੀ ਐਡਵਰਟਾਈਜ਼ਿੰਗ ਜਿਹੜੀ ਆ ਉਹ ਟਰਾਂਜ਼ਿਟ ਦੀਆਂ ਜਿਹੜੀਆਂ ਫੈਸਿਲਿਟੀਆਂ ਹੈਗੀਆਂ ਜਿਵੇਂ ਬੱਸਾਂ ਐਲ ਆਰਟੀ ਜਾਂ ਜਿਹੜੇ ਸਟੇਸ਼ਨ ਨੇ ਉਥੇ ਲਿਖੀਆਂ ਹੋਈਆਂ ਮਿਲਣਗੀਆਂ ਔਰ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਉਹਨਾਂ ਨੂੰ ਮਿਲੇਗੀ ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਵੀ ਐਡਵਰਟਾਈਜ਼ਮੈਂਟਸ ਉਹਨਾਂ ਵੱਲੋਂ ਚਲਾਈ ਜਾ ਰਹੀ ਹੈ ਜ਼ੈਨਬ ਖਾਨ ਜੋ ਕੈਲਗਰੀ ਦੇ ਵਿੱਚ ਹੈ ਜੀ ਉਹ ਉਹਨਾਂ ਦਾ ਕਹਿਣਾ ਹੈ ਕਿ ਜ਼ਰਾ ਸੋਚ ਕੇ ਵੇਖੋ ਕਿ ਅਗਰ ਕੋਈ ਇਸ ਤਰ੍ਹਾਂ ਦੀ ਹਾਲਾਤ ਦੇ ਵਿੱਚ ਹੋਵੇ ਔਰ ਉਹ ਇਸ ਐਡਵਰਟਾਈਜ਼ਿੰਗ ਨੂੰ ਕਿਤੇ ਪੜ੍ਹੇ ਸੁਣੇ ਰੇਡੀਓ ਤੇ ਜਾਂ ਟੈਲੀਵਿਜ਼ਨ ਤੇ ਤਾਂ ਉਹਨੂੰ ਇੱਕਦਮ ਅਹਿਸਾਸ ਹੋਵੇਗਾ ਕਿ ਉਹ ਇਕੱਲਾ ਨਹੀਂ ਹੈ ਉਹਦੇ ਕੋਲ ਉਹਨੂੰ ਮਦਦ ਮਿਲ ਸਕਦੀ ਹੈ ਔਰ ਜੇ ਇਸ ਗੱਲ ਤੋਂ ਪਹਿਲਾਂ ਕਈ ਵਾਰੀ ਔਰਤਾਂ ਜਾਂ ਮਰਦ ਝਿਜਕਦੇ ਨੇ ਉਹਨਾਂ ਨੂੰ ਉਹ ਜਿਹੜੀ ਹੈਲਪ ਹੈਗੀ ਆ ਉਹ ਲੈ ਲੈਣੀ ਚਾਹੀਦੀ ਹੈ ਇਹ ਜਿਹੜੀ ਮੁਹਮਿਆ ਜੀ ਤਿੰਨ ਸੂਬਿਆਂ ਦੇ ਵਿੱਚ ਇਹ ਰੰਮੀ ਗਈ ਹੈ ਸਸਕੈਚੁਆਨ BC ਅਤੇ ਅਲਬਰਟਾ BC ਦੇ ਵਿੱਚ ਪਹਿਲਾਂ ਇਹ ਜਿਹੜੀ ਮਲਟੀ ਲੈਂਗੁਏਜ ਵਾਲੀ ਗੱਲਬਾਤ ਹੈਗੀ ਹੈ ਇਹਦੇ ਉੱਤੇ ਉਹਨਾਂ ਨੂੰ ਕਾਫੀ ਜਿਹੜੀ ਹੈ ਸਫਲਤਾ ਮਿਲੀ ਹੈ ਉਹਨੂੰ ਹੀ ਦੇਖਦਿਆਂ ਹੋਇਆਂ ਹੁਣ ਇਹ ਜਿਹੜੇ ਅਲਬਰਟਾ ਤੇ ਸਸਕੈਚੁਆਨ ਦੇ ਵਿੱਚ ਵੀ ਇਹ ਗੱਲਬਾਤ ਰੰਮੀ ਗਈ ਹੈ ਅਲਬਰਟਾ ਵੂਮਨ ਅਲਬਰਟਾ ਕਾਉਂਸਲ ਆਫ ਵੂਮਨ ਸ਼ੈਲਟਰ ਦੇ ਜੀ ਬੁਲਾਰੇ ਜੈਨ ਰਾਈਮਰ ਹੁਰੀ ਜਿਹੜੇ ਸਾਬਕਾ ਮੇਅਰ ਨੇ ਐਡਮਿੰਟਨ ਦੇ ਉਹ ਜੈਨ ਰਾਈਮਰ ਦਾ ਕਹਿਣਾ ਹੈ ਕਿ ਦੇਖੋ ਇਹ ਜਿਹੜੀਆਂ ਜਿਵੇਂ ਪੈਂਡੇਮਿਕ ਤੋਂ ਹੁਣ ਜਿਹੜੇ ਸੂਬੇ ਨੇ ਉਹ ਖੁੱਲ ਰਹੇ ਆ ਇੱਥੇ ਉਹ ਜਿਹੜੀਆਂ ਕੰਡੀਸ਼ਨਾਂ ਸੀ ਹਟ ਰਹੀਆਂ ਔਰ ਲੋਕੀ ਘਰਾਂ ਤੋਂ ਬਾਹਰ ਆ ਰਹੇ ਨੇ ਪਰ ਅਗਰ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਲ ਦੇ ਵਿੱਚ ਘਰ ਦੇ ਵਿੱਚ ਹੈਗਾ ਤੇ ਉਹਨਾਂ ਲਈ ਇਹ ਜਿਹੜੇ ਔਮਨ ਸ਼ੈਲਟਰ ਆ ਉਹਨਾਂ ਦੇ ਦਰਵਾਜ਼ੇ ਜਿਹੜੇ ਨੇ ਖੁੱਲੇ ਨੇ ਤੇ ਉਹਨਾਂ ਲੋਕਾਂ ਨੂੰ ਉਹਨਾਂ ਕੰਟੈਕਟ ਕਰਨਾ ਚਾਹੀਦਾ ਹੈ ਚੈਨਲ ਪੰਜਾਬੀ ਦੇ ਕੁਲਮੀਤ ਸਿੰਘ ਸੰਗਾ ਹੈਬੈਂਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲੇ ਤੇ ਮੁੱਕਦਾ ਨਵੀਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ